ਇਕ ਰਾਸ਼ਟਰ ਇਕ ਚੋਣ ਸੰਬੰਧੀ ਉਚਪਦਰੀ ਕਮੇਟੀ ਦੀ ਕੱਲ ਨਵੀਂ ਦਿੱਲੀ ਵਿਖੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਪ੍ਰਧਾਨ ਦੀ ਹੀਟ ਬੈਠਕ ਹੋਈ ਇਸ ਅਹਿਮ ਬੈਠਕ ਦੌਰਾਨ ਕਮੇਟੀ ਦੇ ਕੰਮਾਂ ਦੀ ਸਮੀਖਿਆ ਕੀਤੀ ਗਈ ਇਸ ਦੌਰਾਨ ਕਮੇਟੀ ਵੱਲੋਂ ਵਕਵਾਕ ਤੀਰ ਨਾਲ ਕੀਤੇ ਗਏ ਸੁਲਾਹ مشورਿਆਂ ਨੂੰ ਵਿਚਾਰਿਆ ਗਿਆ ਇਸੇ سلسلے ਤਹਿਤ ਉਚਪਦਰੀ ਕਮੇਟੀ ਨੇ ਕਈ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਵੀ ਮੁਲਾਕਾਤ ਕੀਤੀ ਤੇ ਇਕ ਰਾਸ਼ਟਰ ਇਕ ਚੋਣ ਸੰਬੰਧੀ ਉਹਨਾਂ ਦੇ ਵਿਚਾਰ ਲਏ ਇਸ ਦੌਰਾਨ ਆਪਨਾ ਦਲ ਦੀ ਪ੍ਰਧਾਨ ਤੇ ਵਨਸ਼ ਤੇ ਸੰਨਿਤ ਰਾਸ਼ਟਰ ਮੰਤਰੀ ਅਨੁਪ੍ਰਿਆ ਪਟੇਲ ਨੇ ਵੀ कमेटी अगे अपने विचार रखे